ਸਿਹਤ ਵਿਭਾਗ ਦੀ ਇੱਕ ਵੱਡੀ ਲਾਪਰਵਾਹੀ ਸਾਹਮਣੇ ਆਈ ਹੈ ਜਿੱਥੇ ਕਿ ਇੱਕ ਆਂਗਨਵਾੜੀ ਦੇ ਵਿੱਚ ਐਕਸਪਾਇਰ ਹੋਈਆਂ ਦਵਾਈਆਂ ਹੀ ਸਿਹਤ ਵਿਭਾਗ ਦੇ ਵੱਲੋਂ ਸਪਲਾਈ ਕਰ ਦਿੱਤੀਆਂ ਗਈਆਂ। ਹਾਲਾਂਕਿ ਸਪਲਾਈ ਨਹੀਂ ਕਿਹਾ ਜਾ ਰਿਹਾ ਕਿ ਇੱਕ ਡੋਜ਼ ਬੱਚਿਆਂ ਨੂੰ ਦੇ ਵੀ ਦਿੱਤੀ ਗਈ ਸੀ ਅਤੇ ਕੁਝ ਸ਼ੀਸ਼ੀਆਂ ਬੱਚਿਆਂ ਨੂੰ ਘਰ ਵਾਸਤੇ ਦਿੱਤੀਆਂ ਗਈਆਂ ਸੀ ਅਤੇ ਜਦੋਂ ਪਰਿਵਾਰਕ ਮੈਂਬਰਾਂ ਨੇ ਇਹਨਾਂ ਸ਼ੀਸ਼ੀਆਂ ਦੇ ਉੱਤੇ ਐਕਸਪਾਇਰ ਡੇਟ ਚੈੱਕ ਕੀਤੀ ਤਾਂ 6 ਮਹੀਨੇ ਐਕਸਪਾਇਰ ਡੇਟ ਲੰਘ ਚੁੱਕੀ ਸੀ। ਉਸ ਤੋਂ ਬਾਅਦ ਦੇ ਵਿੱਚ ਪਰਿਵਾਰਕ ਮੈਂਬਰਾਂ ਅਤੇ ਪਿੰਡ ਵਾਸੀਆਂ ਦੇ ਵੱਲੋਂ ਆਂਗਨਵਾੜੀ ਸੈਂਟਰ ਦੇ ਵਿੱਚ ਪਹੁੰਚ ਕੇ ਹੰਗਾਮਾ ਕੀਤਾ ਗਿਆ ਅਤੇ ਦੂਜੀ ਜੋ ਡੋਜ਼ ਦੇਣੀ ਸੀ ਉਸ ਨੂੰ ਨਸ਼ਟ ਕਰਨ ਦੀ ਕੋਸ਼ਿਸ਼ ਵੀ ਕੀਤੀ ਗਈ ਅਤੇ ਦੂਜੇ ਪਾਸੇ ਹੁਣ ਪਰਿਵਾਰਕ ਮੈਂਬਰਾਂ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਅਤੇ ਕਿਹਾ ਜਾ ਰਿਹਾ ਕਿ ਜਿਸਦੀ ਵੀ ਇਹ ਲਾਪਰਵਾਹੀ ਹੈ ਉਸ ਦੇ ਖਿਲਾਫ਼ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਤਾਂ ਦੱਸ ਦਈਏ ਕਿ ਆਂਗਨਵਾੜੀ ਦੇ ਵਿੱਚ ਆਇਰਨ ਫੋਲਿਕ ਐਸਿਡ ਸਿਰਪ ਦੀ ਜੋ ਸ਼ੀਸ਼ੀਆਂ ਸੀ ਉਹ ਭੇਜੀਆਂ ਗਈਆਂ ਸੀ ਸਿਹਤ ਵਿਭਾਗ ਦੇ ਵੱਲੋਂ, ਜਿਸ ਦੇ ਉੱਪਰ ਕਿਹਾ ਜਾ ਰਿਹਾ ਕਿ ਜੋ ਐਕਸਪਾਇਰੀ ਡੇਟ ਸੀ ਉਹ ਲੰਘ ਚੁੱਕੀ ਸੀ। ਬਾਵਜੂਦ ਇਸ ਦੇ ਜੋ ਆਂਗਨਵਾੜੀ ਦੇ ਵਿੱਚ ਇਹ ਸ਼ੀਸ਼ੀਆਂ ਭੇਜੀਆਂ ਜਾਂਦੀਆਂ ਨੇ ਅਤੇ ਬੱਚਿਆਂ ਨੂੰ ਇੱਕ ਡੋਜ਼ ਦਿੱਤੀ ਵੀ ਜਾ ਚੁੱਕੀ ਸੀ ਅਤੇ ਜਿਸ ਤੋਂ ਬਾਅਦ ਕੁਝ ਸ਼ੀਸ਼ੀਆਂ ਬੱਚਿਆਂ ਨੂੰ ਘਰ ਵਾਸਤੇ ਵੀ ਦਿੱਤੀਆਂ ਗਈਆਂ। ਹਫ਼ਤੇ ਦੇ ਵਿੱਚ 2 ਵਾਰ ਸੈਂਟਰ 'ਚ ਇਹ ਸ਼ੀਸ਼ੀਆਂ ਬੱਚੇ ਨੂੰ ਦਿੱਤੀਆਂ ਜਾਂਦੀਆਂ ਨੇ, ਪਰ ਇਹਨਾਂ ਸ਼ੀਸ਼ੀਆਂ ਦੇ ਉੱਤੇ ਜਦੋਂ ਐਕਸਪਾਇਰ ਡੇਟ ਚੈੱਕ ਕੀਤੀ ਗਈ ਤਾਂ ਉਸ ਤੋਂ ਬਾਅਦ ਪਰਿਵਾਰਕ ਮੈਂਬਰਾਂ ਦੇ ਹੋਸ਼ ਉੱਡ ਗਏ ਕਿਉਂਕਿ ਐਕਸਪਾਇਰ ਹੋਈਆਂ ਇਹ ਸ਼ੀਸ਼ੀਆਂ ਬੱਚਿਆਂ ਨੂੰ ਸਪਲਾਈ ਕਰ ਦਿੱਤੀਆਂ ਗਈਆਂ ਸਨ। ਉੱਥੇ ਹੀ ਹੁਣ ਪਰਿਵਾਰਕ ਮੈਂਬਰ ਆਂਗਨਵਾੜੀ ਸੈਂਟਰ ਦੇ ਵਿੱਚ ਪਹੁੰਚੇ ਨੇ ਅਤੇ ਅਧਿਕਾਰੀਆਂ ਦੇ ਵੱਲੋਂ ਜਾਂਚ ਦਾ ਭਰੋਸਾ ਦਿੱਤਾ ਗਿਆ। ਤਾਂ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਜਿੱਥੇ ਕਿ ਇੱਕ ਪਿੰਡ ਦੇ ਵਿੱਚ ਸਿਹਤ ਵਿਭਾਗ ਦੇ ਵੱਲੋਂ ਐਕਸਪਾਇਰ ਹੋਈਆਂ ਸ਼ੀਸ਼ੀਆਂ ਹੀ ਸਪਲਾਈ ਕਰ ਦਿੱਤੀਆਂ ਗਈਆਂ ਅਤੇ ਇਸ ਦੇ ਨਾਲ ਹੀ ਹੁਣ ਪੂਰੇ ਪਿੰਡ ਦੇ ਵੱਲੋਂ ਇਨਸਾਫ ਦੀ ਗੁਹਾਰ ਲਗਾਈ ਜਾ ਰਹੀ ਹੈ ਕਿਉਂਕਿ ਜੇਕਰ ਬੱਚਿਆਂ ਨੂੰ ਦੂਜੀ ਡੋਜ਼ ਵੀ ਦਿੱਤੀ ਜਾਂਦੀ ਤਾਂ ਹੋ ਸਕਦਾ ਕੋਈ ਵੱਡਾ ਵੀ ਨੁਕਸਾਨ ਹੋ ਸਕਦਾ ਸੀ। ਪਰ ਗਨੀਮਤ ਰਹੀ ਕਿ ਕਿਸੇ ਦੀ ਕੋਈ ਵੀ ਤਬੀਅਤ ਖਰਾਬ ਨਹੀਂ ਹੋਈ, ਜਿਸ ਦੇ ਕਾਰਨ ਕਿਹਾ ਜਾ ਰਿਹਾ ਕਿ ਵੱਡਾ ਬਚਾਅ ਹੋ ਗਿਆ। ਤਾਂ ਸੰਗਰੂਰ ਤੋਂ ਇਹ ਮਾਮਲਾ ਸਾਹਮਣੇ ਆਇਆ ਸਿਹਤ ਵਿਭਾਗ ਦੇ ਵੱਲੋਂ ਬੱਚਿਆਂ ਦੀ ਸਿਹਤ ਦੇ ਨਾਲ ਸ਼ਰੇਆਮ ਖਿਲਵਾੜ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਾਡੇ ਪਿੰਡ 'ਚ ਹੀ ਰਾਸ਼ਨ ਵੰਡਣ ਆਂਗਨਵਾੜੀ 'ਚ ਰਾਸ਼ਨ ਵੰਡਦੇ ਸੀਗੇ, ਉਹਦੇ ਨਾਲ 2 ਸ਼ੀਸ਼ੀਆਂ ਦੇ ਰਹੇ ਨੇ ਆਹ ਵਾਲੀਆਂ ਬੱਚਿਆਂ ਵਾਸਤੇ। ਨਾ ਤਾਂ ਉਹ ਐਵੇਂ ਦੱਸ ਰਹੇ ਹੈਗੇ ਵੀ ਕਿਵੇਂ ਦੇਣੀ ਆ ਬੱਚੇ ਨੂੰ, ਕਿੰਨੇ ਚਮਚ ਦੇਣੇ ਆ, ਕੁਛ ਨਹੀਂ ਐਵੇਂ ਦਾ ਦੱਸ ਰਹੇ। ਅਤੇ ਅਸੀਂ ਘਰ ਜਾ ਕੇ ਦੇਖਿਆ ਇਹ ਐਕਸਪਾਇਰ ਹੋਈਆਂ 5 ਨੇ, ਸਾਨੂੰ ਇਸ ਮਾਮਲੇ ਦੀ ਜਾਂਚ ਚਾਹੀਦੀ ਹੈ। ਕਿੰਨੀਆਂ ਕੁ ਸ਼ੀਸ਼ੀਆਂ ਜਿਹੜੀਆਂ ਪਿੰਡ 'ਚ ਵੰਡੀਆਂ ਹੋਣਗੀਆਂ ਇਹ, ਕਿੰਨੇ ਕੁ ਬੱਚੇ ਇੱਥੇ ਪੜ੍ਹਦੇ ਨੇ? ਉਹ ਤਾਂ ਬੱਚਿਆਂ ਦੇ ਹਿਸਾਬ ਨਾਲ ਜੋ ਜੋ ਵੀ ਇਹਨਾਂ ਕੋਲ ਐਡ ਨੇ ਜੀ, ਉਹਨਾਂ ਨੂੰ ਸਭ ਨੂੰ ਫੋਨ ਕਰਕੇ ਆਪ ਕਹਿ ਰਹੇ ਹੈਗੇ ਵੀ ਰਾਸ਼ਨ ਲੈ ਕੇ ਜਾਓ। ਕਦੋਂ ਦਿੱਤੀਆਂ ਇਹ? ਕੱਲ੍ਹ ਦਿੱਤੀਆਂ ਨੇ ਜੀ। ਕੱਲ੍ਹ ਦਿੱਤੀਆਂ? ਹਾਂਜੀ। ਤੇ ਕਿੰਨੇ ਚਿਰ ਦੀ ਐਕਸਪਾਇਰੀ ਹੈ ਜੀ? ਇਹ 22 ਦੀਆਂ ਨੇ ਜੀ, ਚੱਲ ਰਿਹਾ ਹੁਣ 2024 ਜੀ। 22 ਦੀਆਂ ਬਣੀਆਂ ਹੋਈਆਂ, ਐਕਸਪਾਇਰ ਕਦੋਂ ਦੇਖੋ? 6/22 ਜੀ, 11/23। 23 ਦੇ ਵਿੱਚ ਐਕਸਪਾਇਰ? ਹਾਂਜੀ ਹਾਂਜੀ। ਕੀ ਕਹਿਣਾ ਚਾਹੋਗੇ ਜਿਹੜਾ ਇਹ ਸ਼ੀਸ਼ੀਆਂ ਦੇ ਰਿਹਾ, ਐਕਸਪਾਇਰ ਸ਼ੀਸ਼ੀਆਂ ਦੇ ਰਹੀਆਂ? ਇਹਦੇ ਬਾਰੇ ਇਹੀ ਹੈ ਜੀ, ਕੋਈ ਬੱਚੇ ਨੂੰ ਸਾਡੇ ਨੂੰ ਨੁਕਸਾਨ ਪਹੁੰਚ ਜਾਂਦਾ ਇਹਦਾ ਕੌਣ ਜ਼ਿੰਮੇਵਾਰ ਸੀਗਾ ਜੀ? ਜਦੋਂ ਇਹਨਾਂ ਸ਼ੀਸ਼ੀਆਂ ਦਾ ਨੰਬਰ ਦੇਖਿਆ ਜੀ, ਇਹ ਗਲਤ ਤੀਆਂ, ਇਹਨੇ ਡੇਟ ਟੱਪੀ ਹੋਈ ਦੀ। ਇਹ ਕਾਹਦੇ ਵਾਸਤੇ ਨੇ ਸ਼ੀਸ਼ੀਆਂ? ਇਹ ਬੱਚਿਆਂ ਵਾਸਤੇ ਨੇ, ਬੱਚੇ ਕਹਿੰਦੇ ਨੇ ਵੀ ਜਿਹੜੀਆਂ ਮਾਵਾਂ ਨੇ ਬੱਚਿਆਂ ਦੀਆਂ ਉਹ ਵੀ ਪੀ ਸਕਦੀਆਂ ਨੇ। ਅਤੇ ਜਦੋਂ ਉਰੇ ਪਤਾ ਲੱਗ ਗਿਆ ਜੀ, ਸਾਰਿਆਂ ਨੂੰ ਇਕੱਠੇ ਹੋ ਗਏ, ਇਹ ਮੁੱਕਰ ਗਈਆਂ ਵੀ ਅਸੀਂ ਨੇ ਤਾਂ ਦਿੱਤੀਆਂ ਨਹੀਂ, ਤੁਸੀਂ ਮਤਲਬ ਪੁਰਾਣੇ ਸਾਲ ਦੀਆਂ ਚੱਕ ਕੇ ਲਏ ਹੋ, ਅਤੇ ਹੁਣ ਤੁਸੀਂ ਆ ਗਏ ਜੀ, ਮਤਲਬ ਆਹ ਲੱਕੜਾਂ 'ਚੋਂ ਕੱਢ ਲਈਆਂ ਸੀ ਨੇ, ਅਸ ਮਚਾਤੀਆਂ ਕੁਛ, ਇਹ ਤੁਹਾਡੇ ਆਏ? ਹਾਂ, ਇਹਨਾਂ ਨਹੀਂ ਬਚਾਈਆਂ। ਕੀ ਜੇ ਇਹ ਬੱਚੇ ਪੀਲਾਂ ਦੇ ਕੀ ਹੁੰਦਾ? ਮਰ ਵੀ ਸਕਦੇ ਸੀ ਜੀ। ਹਾਂ, ਹੁਣ ਕੀ ਮੰਗ ਕਰਦੇ ਹੋ? ਮੰਗ ਕਰਦੇ ਜੀ, ਇਹ ਕੰਮ ਆਪਣਾ ਸਹੀ ਹੋਣਾ ਚਾਹੀਦਾ ਜੀ, ਸਹੀ ਸੂਲ 'ਤੇ ਆਪਣੀਆਂ ਦਵਾਈਆਂ ਦੇਣ, ਬੱਚਿਆਂ ਨੂੰ ਪਿਲਾਉਣ। ਹਾਂ, ਇਹਨਾਂ 'ਤੇ ਕਾਰਵਾਈ ਹੋਣੀ ਚਾਹੀਦੀ ਹੈ। ਜਾਂਚ ਦੀ ਮੰਗ ਕਰਦੇ ਹੋ? ਹਾਂ। ਆਈਆਂ ਕਿੱਥੋਂ ਨੇ? ਹਾਂ, ਇਹ ਜਿੱਥੋਂ ਆਈਆਂ ਨੇ ਇਹਨਾਂ ਦੀ ਪੜਤਾਲ ਹੋਣੀ ਚਾਹੀਦੀ ਹੈ ਜੀ। ਕਿੰਨੀਆਂ ਸ਼ੀਸ਼ੀਆਂ ਸੀ? 2 ਸ਼ੀਸ਼ੀਆਂ ਸੀ ਮੇਰੇ ਕੋਲ। ਇਹ ਤਾਂ ਇਹ ਮੁੱਕਰ ਗਏ, ਕਹਿੰਦੇ ਵੀ ਸਾਡੇ ਕੋਲ ਤਾਂ ਗਈਆਂ ਨਹੀਂ, ਤੁਹਾਡੇ ਕੋਲ ਪੁਰਾਣੀਆਂ ਪਈਆਂ ਹੋਣੀਆਂ? ਨਾ, ਸਾਡੇ ਕੋਲ 1 ਸ਼ੀਸ਼ੀ ਨਹੀਂ ਹੈਗੀ।
ਸਾਡੇ ਕੋਲ ਇਹੀ ਦੀਆਂ ਇਹੀ ਮੈਂ ਲਹਿੰਗੀਆਂ ਚੱਕਦੇ ਹਾਂ। ਕੀ ਕਹਿਣਾ ਜੀ, ਐਕਸਪਾਇਰ ਹੈ ਇਹ? ਹੈਂ? ਡੇਟ ਟੱਪੀ ਹੋਈ ਹੈ? ਹਾਂ, ਕਿ ਡੇਟ ਟੱਪੀ ਹੋਈ ਹੈ, ਮੈਂ ਮੁੰਡੇ ਨੂੰ ਦਿਖਾਈਆਂ ਤੀਆਂ। ਕਹਿੰਦਾ ਮਾਂ ਇੰਨਾ ਕਿਤੇ ਡੇਟ ਟੱਪੀ ਹੋਈ ਹੈ, ਮੈਂ ਹੀ ਜਾ ਕੇ ਕੰਸ 'ਤੇ ਧਰਤੀ। ਹਾਂ, ਹੁਣ ਕੀ ਮੰਗ ਕਰਦੇ ਹੋ ਤੁਸੀਂ ਬੱਚਿਆਂ ਨੂੰ ਜੇ ਪਲਾ ਦੀਆਂ ਹੁੰਦੀਆਂ? ਫਿਰ ਜਵਾਕ ਬਿਮਾਰ ਹੋ ਜਾਂਦੇ। ਕੌਣ ਜ਼ਿੰਮੇਵਾਰ ਹੈ? ਤਾਂ ਫਿਰ ਹੋਰ ਅਸੀਂ ਤਾਂ ਕਹਿੰਦੇ ਵੀ ਇਹਨਾਂ ਕਾ ਕੌਣ ਜ਼ਿੰਮੇਵਾਰ ਹੈ, ਜਵਾਕ ਬਿਮਾਰ ਹੋ ਜਾਂਦੇ। ਅਸੀਂ ਨੇ ਪਈਆਂ ਨਹੀਂ, ਇਹ ਸੀਲ ਬੰਦੇ ਪਈਆਂ, ਸੀਲ ਬੰਦੇ ਪਈਆਂ। ਕੀ ਨਾਮ ਹੈ? ਸੁਖਵਿੰਦਰ ਕੌਰ, ਸੀ ਡੀ ਪੀ ਓ ਲੈਣਾ ਗੱਗਾ ਜੀ। ਮੈਡਮ, ਇੱਕ ਤਾਂ ਸ਼ੀਸ਼ੀਆਂ ਆਇਰਨ ਦੀਆਂ ਹੁੰਦੀਆਂ, ਉਹਦਾ ਕੀ ਪਰਪਜ਼ ਹੈਗੀਆਂ ਜਿਹੜੀਆਂ ਕਿ ਪਿੰਡਾਂ ਦੇ ਵਿੱਚ ਬੱਚਿਆਂ ਨੂੰ ਦਿੱਤੀਆਂ ਜਾਂਦੀਆਂ? ਇਹ ਜੀ ਸਾਡੇ ਕੋਲ ਹੈਲਥ ਡਿਪਾਰਟਮੈਂਟ ਵੱਲੋਂ ਸਪਲਾਈ ਆਉਂਦੀ ਹੈ। ਬੱਚਿਆਂ ਦੀ ਜਿਹੜੀ ਕਮਜ਼ੋਰ ਉਹ ਹੈਗੀ ਹੈ, ਆਇਰਨ ਦੀ ਕਮੀ ਹੁੰਦੀ ਹੈ, ਜਿਵੇਂ ਕਿ ਵਾਰ ਵਾਰ ਚੈੱਕਅਪ ਕੀਤਾ ਜਾਂਦਾ ਹੈਲਥ ਡਿਪਾਰਟਮੈਂਟ ਵੱਲੋਂ ਵੀ, ਤਾਂ ਫਿਰ ਹਫ਼ਤੇ ਦੇ ਵਿੱਚ ਦੋ ਵਾਰੀ ਬੱਚੇ ਨੂੰ ਇਹ ਦਿੱਤੀ ਜਾਂਦੀ ਹੈ ਡੋਜ ਆਇਰਨ ਫੋਲਿਕ ਐਸਿਡ। ਮਤਲਬ ਕਿ ਇਹ ਸੈਂਟਰਾਂ ਦੇ ਵਿੱਚ ਬੱਚਿਆਂ ਨੂੰ ਦਿੱਤੀ ਜਾਂਦੀ? ਹਾਂਜੀ, ਸੈਂਟਰਾਂ ਦੇ ਵਿੱਚ। ਮੈਡਮ, ਇੱਕ ਜਮਾਰ ਵਾਲੇ ਦਾ ਮਾਮਲਾ ਸਾਹਮਣੇ ਆਇਆ ਅੱਜ, ਜਿਹਦੇ ਵਿੱਚ ਕਿ ਉੱਥੇ ਐਕਸਪਾਇਰ ਸ਼ੀਸ਼ੀਆਂ ਲੋਕਾਂ ਦੇ ਘਰਾਂ 'ਚ ਵੰਡੀਆਂ ਗਈਆਂ ਤੁਹਾਡੇ ਆਂਗਣਵਾੜੀ ਸੈਂਟਰਾਂ ਵੱਲੋਂ ਜੀ। ਉਹ ਜਦਕਿ ਐਕਸਪਾਇਰ ਸੀਗਾ ਤਾਂ ਲੋਕਾਂ ਨੇ ਆਰੋਪ ਲਗਾਇਆ ਵੀ ਇਹ ਐਕਸਪਾਇਰ ਸ਼ੀਸ਼ੀਆਂ ਸਾਡੇ ਘਰਾਂ 'ਚ ਦਿੱਤੀਆਂ ਗਈਆਂ ਤਾਂ ਇਹਦੇ ਨਾਲ ਬੱਚਿਆਂ ਦੇ ਨੁਕਸਾਨ ਹੋ ਸਕਦਾ ਸੀ। ਇਹ ਸਰ ਮੈਨੂੰ ਦੇਖੋ ਇਹਦੇ ਬਾਰੇ ਕੋਈ ਜਾਣਕਾਰੀ ਕਿਸੇ ਪਬਲਿਕ ਵੱਲੋਂ ਨਹੀਂ ਦਿੱਤੀ ਗਈ, ਔਰ ਨਾ ਹੀ ਮੇਰੇ ਡਿਪਾਰਟਮੈਂਟ ਦੇ ਵਰਕਰ ਵੱਲੋਂ ਜਾਂ ਸੁਪਰਵਾਈਜ਼ਰ ਵੱਲੋਂ ਮੈਨੂੰ ਕੋਈ ਜਾਣਕਾਰੀ, ਤੁਹਾਡੇ ਵੱਲੋਂ ਹੀ ਮੇਰੇ ਕੋਲ ਜਾਣਕਾਰੀ ਆਈ ਹੈ। ਸੋ ਇਸ ਸੰਬੰਧੀ ਮੈਂ ਜਾ ਕੇ ਇਹਦੀ ਭੁੱਖ ਕਰਾਂਗੀ ਪੂਰੀ, ਕਿਸ ਪੜਾਅ ਤੱਕ ਕੀ ਹੋਇਆ ਇਹ। ਮੈਡਮ, ਤੁਸੀਂ ਕਹਿ ਰਹੇ ਹੋ ਵੀ ਇਹ ਸ਼ੀਸ਼ੀਆਂ ਜਿਹੜੀਆਂ ਹੈਗੀਆਂ, ਚਮਚਾ ਉੱਥੇ ਦਿੱਤਾ ਜਾਂਦਾ ਬੱਚਿਆਂ ਨੂੰ? ਹਾਂਜੀ। ਪਰ ਇਹ ਲੋਕਾਂ ਦੇ ਘਰਾਂ ਤੱਕ ਕਿਵੇਂ ਪਹੁੰਚੀਆਂ? ਜਿਹੜੀ ਸਪਲਾਈ ਤੁਹਾਡੇ ਸੈਂਟਰਾਂ ਤੱਕ ਸੀਮਤ ਹੈ, ਉਹ ਘਰਾਂ ਤੱਕ ਕਿਵੇਂ ਪਹੁੰਚੀਆਂ? ਇਹ ਦੇਖੋ ਜੀ, ਅਸੀਂ ਮਾਮਲੇ ਦੀ ਜਾਂਚ ਕਰਾਂਗੇ ਕਿਵੇਂ ਹੋਇਆ ਇਹ, ਮੈਨੂੰ ਤਾਂ ਤੁਹਾਡੇ ਦੱਸਣ ਤੋਂ ਪਤਾ ਲੱਗਿਆ ਜੀ। ਪਰ ਉਹਦੇ ਵਿੱਚ ਇਹ ਵੀ ਹੈ, ਸਾਹਮਣੇ ਆਇਆ ਜੀ ਉੱਥੇ ਜਿਹੜੀਆਂ ਸ਼ੀਸ਼ੀਆਂ ਮਿਲੀਆਂ ਨੇ, ਹਾਂਜੀ, ਜਦੋਂ ਪਿੰਡ ਦੇ ਵਿੱਚ ਇੱਕ ਰੌਲਾ ਪੈ ਗਿਆ ਵੀ ਐਕਸਪਾਇਰ ਸ਼ੀਸ਼ੀਆਂ ਪਿੰਡਾਂ 'ਚ ਦਿੱਤੀਆਂ ਗਈਆਂ, ਤਾਂ ਉਹਨਾਂ ਨੂੰ ਅੱਗ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਗਈ, ਲੱਕੜਾਂ ਦੇ ਵਿੱਚ ਲੁਕੋਇਆ ਵੀ ਗਿਆ ਉਹ ਸ਼ੀਸ਼ੀਆਂ ਨੂੰ, ਉਹ ਕਿਉਂ ਕਰਨਾ ਪਿਆ ਜੀ ਉਹਨਾਂ ਦੇ? ਇਹ ਤੁਹਾਡੇ ਸਾਹਮਣੇ ਹੋਇਆ ਜੀ? ਬਿਲਕੁਲ ਜੀ, ਮੈਂ ਉੱਥੇ ਪ੍ਰੂਫ, ਮੌਕੇ 'ਤੇ ਪ੍ਰੂਫ ਹੈ ਜੀ ਸਾਡੇ ਕੋਲ। ਦੇਖੋ ਜੀ, ਜੇ ਮੈਨੂੰ ਇਹਦੇ ਬਾਰੇ ਕੋਈ ਜਾਣਕਾਰੀ ਹੁੰਦੀ ਤਾਂ ਅਸੀਂ ਮੌਕੇ 'ਤੇ ਵੀ ਚਲੇ ਜਾਂਦੇ, ਕਿਉਂਕਿ ਮੈਂ ਦਫ਼ਤਰ ਦੇ ਵਿੱਚ ਹਾਜ਼ਰ ਸੀ, ਬਟ ਮੈਨੂੰ ਸੂਚਨ ਹੀ ਨਹੀਂ ਦਿੱਤੀ ਕਿਸੇ ਨੇ ਕੋਈ। ਇਹ ਮੰਨਦੇ ਤੁਸੀਂ ਅਣਗਹਿਲੀ ਹੋਈ ਹੈ ਇਸ ਮਾਮਲੇ 'ਚ? ਦੇਖੋ, ਤੁਹਾਡੇ ਦੱਸਣ ਮੁਤਾਬਕ ਜੋ ਮੈਨੂੰ ਰਿਪੋਰਟ ਮਿਲੀ ਹੈ ਉਸ ਮੁਤਾਬਕ ਤਾਂ ਬਹੁਤ ਵੱਡੀ ਅਣਗਹਿਲੀ ਹੈ। ਕੀ ਲੱਗਦਾ ਤੁਹਾਨੂੰ, ਕੀ ਕਾਰਵਾਈ ਤੁਹਾਡੇ ਵੱਲੋਂ, ਕੀ ਜਾਂਚ ਕੀਤੀ ਜਾਵੇਗੀ? ਦੇਖੋ ਜੀ, ਅਸੀਂ ਪੂਰੀ ਜਾਂਚ ਕਰਾਂਗੇ ਆਪਦੇ ਵੱਲੋਂ, ਕਿਉਂ ਇਹ ਹੋਇਆ, ਇਹ ਕਾਰਨ ਕੀ ਹੈ, ਸਾਰੇ ਮਾਮਲੇ ਦੀ ਬੜੀ ਡੂੰਘਾਈ ਨਾਲ ਜਾਂਚ ਕੀਤੀ ਜਾਊਗੀ, ਜੋ ਰਿਪੋਰਟ ਹੋਊ ਤੁਹਾਨੂੰ ਜਾਣੂ ਕਰਵਾ ਦਾਂਗੇ। ਸਪਲਾਈ ਕਿੱਥੋਂ ਆਉਂਦੀ? ਇਹ ਹੈਲਥ ਡਿਪਾਰਟਮੈਂਟ ਵੱਲੋਂ, ਸਾਨੂੰ ਡਿਸਟ੍ਰਿਕਟ ਲੈਵਲ 'ਤੇ ਸੰਗਰੂਰ ਵੱਲੋਂ ਹੁੰਦੀ ਹੈ। ਸਪਲਾਈ ਦੇ ਵਿੱਚ ਵੀ ਕਮੀ ਹੋ ਸਕਦੀ? ਦੇਖੋ ਜੀ, ਮਾਮਲੇ ਦੀ ਜਾਂਚ ਕਰਾਂਗੇ।